जय भीम, जय पाल, जय गुरुदेव, वाहिगुरु जी का खालसा, वाहिगुरु जी की फतेह। सो अज लाइव होने का कारण है कि पिछले दिन ही साहब श्री कांशी राम जी 9 अक्टूबर उन्होंने प्रि निर्माण दिवस, उन्होंने प्रि निर्माण दिवस से असी पूरे बहुजन फैडरेशन वालों साढ़े बलबीर के पी जी, साढ़े सोनू पंगड़ जी बहुत ही अजीज और दास रजतमल और साढ़े सर्व टंडा जी और कमल केशी जी वालों बहुत बहुत जिहड़े ओह शरदा दे फुल भेट करते हैं। और नाल ही नाल सृष्टिकर्ता भगवान वाल्मीकि जी महाराज जी के बर्थडे, उन्हां दे प्रगट दिवस दीआं समूह साध संगतां नूं लख लख मुबारकां दिंदे हां। सो जिथे साडे रहिबणा दे असीं जन्मदिन जां उन्हां दे प्री निर्माण दिवस मनाउंदे हां, अज बदला है, अज समां है फगवाड़े दी धरती ते उन्हां मनोवादी लोकां वल्लों साडे समाज दे उन्हां रहिबणा दे जिहड़े इतिहास नूं मिटाउण दीआं उन्हां दीआं साजिशां, अज उन्हां साजिशां दे नाल टक्कर लैण दा साडा समां है। सो अज फगवाड़े दे विच जिमनी चोणां होण जा रहियां ने, सो अज जिन्ना भी बहुजन समाज आ उन्होंने एक झंडे थले कट्ठे होके साहिब श्री कांशी राम जी दे उस मिशन नूं पूरा करन लई एक एक जिहड़ी वोट है ਉਹ ਬਹੁਜਨ ਸਮਾਜ ਪਾਰਟੀ ਨੂੰ ਔਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਭਗਵਾਨ ਦਾਸ ਸਿੱਧੂ ਜੀ ਹਾਥੀ ਤੇ ਮੋਹਰਾ ਲਾ ਕੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਔਰ ਜਿਹੜੀ ਸਾਡੀ ਲੜਾਈ ਆ ਉਹਨਾਂ ਮਨੁਵਾਦੀ ਲੋਕਾਂ ਨਾਲ, ਉਹ ਅਸੀਂ ਲੜਾਈ ਜਿਹੜਾ ਉਹ ਆਪਣੇ ਜਿਹੜੇ ਸਵਾਲ ਆ ਅਸੀਂ ਆਪਣੀ ਕੁਰਸੀ ਤੇ ਬੈਠ ਕੇ ਹੱਲ ਕਰ ਸਕੀਏ, ਕਿਉਂਕਿ ਸਤਿਗੁਰ ਰਵਿਦਾਸ ਮਹਾਰਾਜ ਦੇ ਉਸ ਉਹਨਾਂ ਦੇ ਮੁਖਾਰ ਬਿੰਦ ਤੋਂ ਕਿਹਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ। ਅੱਜ ਗੁਰਾਂ ਦਾ ਸੁਪਨਾ ਪੂਰਾ ਕਰਨ ਦਾ ਟਾਈਮ ਹੈ। ਸੋ ਫਗਵਾੜੇ ਦੀ ਧਰਤੀ ਤੋਂ ਅਸੀਂ ਇਹ ਮੈਸੇਜ ਦੇ ਸਕਦੇ ਹਾਂ ਔਰ ਮੈਂ ਉਹਨਾਂ ਸਾਰੇ ਹੀ ਸਮਾਜ ਦੇ ਸਮਰਥਕਾਂ ਨੂੰ ਹੱਥ ਜੋੜ ਕੇ ਅਸੀਂ ਆਪਣੇ ਵੱਲੋਂ ਸਾਰੇ ਭਰਾਵਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਅੱਜ ਸਮਾਂ ਹੈ ਇੱਕ ਇੱਕ ਜਿਹੜੀ ਆਪਣੀ ਵੋਟ ਆ ਉਹ ਹਾਥੀ ਤੇ ਮੋਹਰਾਂ ਲਾ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਕਾਮਯਾਬ ਕਰੋ ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਯੋਧੇ ਬਣ ਕੇ ਉਹਨਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਯੋਧਿਆਂ ਔਰ ਉਹਨਾਂ ਦੇ ਮਿਸ਼ਨ ਤੇ ਚੱਲਣ ਵਾਲੇ ਯੋਧਿਆਂ ਦਾ ਸਾਥ ਦਿਓ, ਨਾ ਕਿ ਆਪਣੇ ਉਹਨਾਂ ਸਮਾਜ ਦੇ ਲੀਡਰਾਂ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਅੱਜ ਪਹੁੰਚ ਤਾਂ ਕਿਸੇ ਸਥਿਤੀ ਤੇ ਕਿਸੇ ਕੁਰਸੀ ਤੇ ਗਏ ਆ ਲੇਕਿਨ ਗੱਲ ਸਮਾਜ ਦੀ ਨਹੀਂ ਕਰਦੇ। ਸੋ ਸਾਡਾ ਇੱਕੋ ਇੱਕ ਪਾਰਟੀ, ਇੱਕੋ ਇੱਕ ਸਮਾਜ ਜਿਹੜਾ ਸਮਾਜ ਦੇ ਹਰ ਦੁੱਖ ਦਰਦ ਦੇ ਵਿੱਚ ਖੜਦੇ ਨੇ। ਸੋ ਬਹੁਜਨ ਸਮਾਜ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਇੱਕ ਜਿਹੜਾ ਵੋਟ ਹੈ ਕੀਮਤੀ ਉਹ ਹਾਥੀ ਤੇ ਮੋਹਰਾਂ ਲਾ ਕੇ ਸਾਡੇ ਸਾਰੇ ਭਰਾਵਾਂ ਵੱਲੋਂ ਬੇਨਤੀ ਹੈ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਹਾਥੀ ਤੇ ਮੋਹਰ ਲਾ ਕੇ ਭਗਵਾਨ ਦਾਸ ਸਿੱਧੂ ਜੀ ਨੂੰ ਕਾਮਯਾਬ ਬਣਾਇਆ ਜਾਵੇ। ਸੋ ਲਾਸਟ ਦੇ ਵਿੱਚ ਇੱਕ ਵਾਰ ਫਿਰ ਸਾਥੀਆਂ ਨੂੰ ਜੈ ਭੀਮ ਜੈ ਪਾਲ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਤੁਹਾਡੀ ਸੋਚ ਤੇ ਪੈਰਾਂ ਦੇਆਂਗੇ ਠੋਕ ਕੇ, ਬਾਬਾ ਸਾਹਿਬ ਅੰਬੇਡਕਰ ਜੀ ਤੁਹਾਡੀ ਸੋਚ ਤੇ ਪੈਰਾਂ ਦੇਆਂਗੇ ਠੋਕ ਕੇ, ਜੈ ਭੀਮ ਜੈ ਪਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।